रुक जा, तू तो रुक जा हुण। देख ला मेरे सली दी खा खा के मच्छ वर्गी हो रही है। ला ला कर शरीर दा तां तमड़ा मोटा, ला ला कर जोर, फड़ लै इनू जोर नाल उरे। ਨਾ ਇੱਕ ਪਰੀ ਕੱਖਾਂ ਦੀ ਕੁੱਟਣੀ ਹੁੰਦੀ ਆ, ਸਾਰੇ ਟੱਬਰ ਨੂੰ ਮੰਗਰ ਲਾ ਲੈਣਾ, ਇਹਨੂੰ ਆਪਦੇ ਬਾਪ ਨੂੰ ਸਮਰਾ ਵੀ ਸਕਦਾਂਗਾ। ਤੇਰੇ ਲੱਗਦੇ ਕੁਛ ਬਾਪ ਨੂੰ ਤੇਰੇ ਨੂੰ ਸਮਰਾਉਣਾ ਸੀ ਮੈਂ। ਮਿਸਤਰੀ ਕਹਿੰਦਾ ਮੇਰੇ ਪਿੱਠ 'ਤੇ ਫੋੜਾ ਨਿਕਲ ਰਿਹਾ, ਇੱਕ ਦੋ ਦਿਨ ਤੱਕ ਸਮਾਰ ਦੂੰਗਾ ਮੈਂ, ਨਾਲੇ ਤਾਂ ਇਹ ਆਪਣੇ ਘਰੇ ਕਰਮ ਵਾਲਾ ਹੈਗਾ, ਨਹੀਂ ਤਾਂ ਮੈਂ ਨਵਾਂ ਲਿਆਉਂਦਾ। ਨਾ ਇੱਕ ਮਿਸਤਰੀ ਨਾ ਬੰਨਿਆ, ਹੋਰ ਕੀ ਮਰ ਗਏ ਮਿਸਤਰੀ, ਉਹਨਾਂ ਨੂੰ ਨਹੀਂ ਕਹਿ ਸਕਦਾ ਹੈਗਾ। ਤੈਨੂੰ ਕੀ ਪਤਾ, ਸਾਲ ਸਾਲ ਬਾਅਦ ਹਿਸਾਬ ਕਰਦੇ ਆ, ਉਹਦਾ ਖਾਤਾ ਚੱਲਦਾ ਆਪਣਾ, ਖਾਤਾ ਚੱਲਦਾ ਇਹਦਾ, ਉਹੀ ਮਰੀ ਜਾਂਦੀ ਹੈ। ਫੜਨਾ ਫੜਦਾ ਚੱਜ ਨਾਲ, ਨਹੀਂ ਮੈਂ ਆਪੇ ਕੁੱਟ ਲੂੰਗਾ। ਤੂੰ ਤਾਂ ਕੱਖਾਂ ਚਲਾ ਕੇ ਬਹਿ ਗਿਆ, ਮੇਰੀ ਉੱਥੇ ਦਾਲ ਭਾਵੇਂ ਮੱਚੀ ਜਾਂਦੀ ਹੋਵੇ। ਕਿਧਰੇ ਨਹੀਂ ਤੇਰੀ ਦਾਲ ਨੂੰ ਕੁਛ ਹੁੰਦਾ ਹੈਗਾ, ਫੜ ਜਾ ਦੋ ਮਿੰਟ। ਉਹਦੇ ਤਾਂ ਚਵਰ ਚਵਰ ਖਾਣ ਲੱਗ ਜਾਂਦਾ, ਤੈਨੂੰ ਤਾਂ ਕੋਈ ਹੋਸ਼ ਨਹੀਂ ਰਹਿੰਦਾ ਵੀ ਕਿੰਨੀਆਂ ਖਾ ਗਿਆ। ਉਹ ਚੰਗਾ ਚੁੱਪ ਕਰ ਜਾ, ਕਿਉਂ ਬੋਲੀ ਜਾਂਦੀ ਹੈ। ਇਹ ਤੇਰੀ ਮਾਂ ਨੂੰ ਚੱਕ ਲੈ, ਟਸ ਚੱਕ ਦੇ, ਮੈਂ ਇੱਥੋਂ ਨਹੀਂ ਚੱਕੀ ਜਾਂਦੀ। ਦੇਖ ਲੈ ਮੇਰੇ ਸਾਲਿਆਂ ਦੀ, ਤਾਂ ਤੇਰੇ ਬਾਪ ਦਾ ਨੱਕ ਨੱਕ ਆਹ, ਤੇਰੀ ਮਾਂ ਟਸ ਆਹ। ਕਿੱਥੇ ਦਿਮਾਗ ਖਰਾਬ ਕੀਤਾ ਗਾ, ਕੰਮ ਦਾ ਨਹੀਂ ਧੰਦੇ ਦਾ ਨਹੀਂ ਹੈਗਾ। ਲੈ ਹੁਣ ਟਸ ਦੇਖਦੀ, ਖਰਜਾ ਖਰਜਾ ਹਲੇ ਨਾ ਡੇਗਾ, ਦੇਖ ਦੇ ਐ ਛੱਡਦੇ ਰੇ ਇਸ ਮਾੜੀ ਜੀ। ਓਹੋ ਮੇਰੇ ਸਾਂਝ ਨੇ ਹੁਣ ਬੰਦੇ ਕਰਤਾ, ਘੱਟ ਜ਼ੋਰ ਲਾ ਲੈਂਦੀ ਹੁਣ। ਮੈਂ ਇੱਥੋਂ ਨਹੀਂ ਹੁੰਦਾ ਤੇਰਾ ਸਿਆਪਾ, ਮੈਂ ਤਾਂ ਰਸੋਈ 'ਚ ਜਾ ਕੇ ਦਾਲ ਦੇਖਦੀ ਹਾਂ, ਦਿਮਾਗ ਖਰਾਬ ਕਰ ਰੱਖਿਆ ਗਾ। ਦੇਖ ਲੈ ਮੇਰੇ ਸਣ ਦੇ ਕਿਵੇਂ ਬੋਲਦੀ ਆ ਮੂਹਰੇ, ਤੈਨੂੰ 4 ਦਿਨ ਕੱਖ ਖਟਾਣੇ ਔਖੇ ਹੋ ਰਹੇ ਨੇ, ਤੈਨੂੰ ਕਿਹਾ ਵੀ ਮਿਸਤਰੀ ਬਿਮਾਰ ਹੈ। ਨਾ ਮੈਂ ਵੀ ਤੈਨੂੰ 50 ਵਾਰੀ ਕਹਿਤਾ ਵੀ ਹੋਰ ਮਿਸਤਰੀ ਕੋਲੇ ਵਗ ਜਾ, ਉਹਦੇ ਨਾਲ ਕੀ ਵਿਆਹ ਹੋਇਆ, ਜੰਟੇ ਖੰਨੇ ਦੇ ਵਗ ਜਾ। ਨਾ ਜੰਟਾ ਖੰਨਾ ਕੀ ਤੇਰਾ ਬਾਪ ਲੱਗਦਾ, ਨਗਦ ਪੈਸੇ ਮੰਗਦਾ ਨਗਦ, ਮਰੀਕ ਦੇ ਤਾਂ ਆਪਣੀ ਧਾਰ ਚੱਲਦੀ ਹੈ, ਸਾਲ ਬਾਅਦ ਪਾਉਣ ਦਿੰਦੇ ਆ। ਉਹ ਇੱਕ ਥੱਬੀ ਹਰੇ ਦੀ ਆ, ਕਟਵਾ ਦੇ ਮੇਰੇ ਨਾਲ, ਕਟਵਾ ਦੇ, ਕਿਉਂ ਕਲੇਸ਼ ਕਰ ਰੱਖਿਆ। ਨਾ ਕਲੇਸ਼ ਨੂੰ ਕਿਵੇਂ ਤੇਰੇ ਡਾਂਗ ਮਾਰੀ, ਜੇ ਮੇਰੇ ਚੋਂ ਹੱਥ ਪੱਲਾ ਆ ਗਿਆ ਹੋਰ ਮੈਨੂੰ ਅੱਜ ਹੀ ਕਰੇਗਾ। ਇਹ ਵਧੀਆ ਮੇਰੇ ਭਾ ਖੁੱਲ ਜਾਣਗੇ, ਤੇਰਾ ਹੱਥ ਪੱਲਾ ਤਾਂ ਜਾਵੇ, ਹੈਂਡੀਕੈਪਟਰ ਹੋ ਜਾਏਗੀ ਹੈਂਡੀਕੈਪਟਰ, ਨਾਲੇ ਤਾਂ ਸਰਕਾਰ ਪੈਨਸ਼ਨ ਲਾਊਗੀ, ਨਾਲੇ ਦਊਗੀ ਨੌਕਰੀ। ਪਤੀ ਸੀ ਮੈਨੂੰ ਤੇਰੇ ਕਰਤੂਤ ਦਾ ਵੀ ਮੈਨੂੰ ਅੱਜ ਹੀ ਕਰਕੇ ਛੱਡੇਗਾ, ਮੈਂ ਇੱਥੋਂ ਨਹੀਂ ਕਟਾਏ ਜਾਂਦੇ ਤੇਰੇ ਕੱਖ, ਸਾਰੀ ਦਾਲ ਥੱਲੇ ਲਵਾਤੀ ਹੋਣੀ। ਚਲਾ ਇਹ ਵਗ ਜਾ ਵਗ ਜਾ, ਮੈਥੋਂ ਹੀ ਨਾ ਛਿੱਤਰ ਖਾ ਲਈ, ਮੈਂ ਆਪੇ ਕੁੱਟ ਲੂੰਗਾ ਕੱਖ। ਇਹ ਕਿੱਧਰ ਮਰ ਗਈ ਆ, ਸਾਂਵਲਾ ਦੁੱਧ ਕੱਢ ਲਈ ਧਾਰ। ਮੈਂ ਕਿੱਥੇ ਮਰਨਾ, ਇੱਥੇ ਮੈਂ ਬੈਠੀ ਆ, ਇੱਥੇ ਪਿਆ ਰਹਿਣ ਦੇ ਚੱਕ ਲੈਨੀ ਆ। ਓ ਇੱਥੇ ਕਿਉਂ ਪਿਆ ਰਹਿਣ ਦੇ, ਮੇਰਾ ਸਾਲਾ ਬਿੱਲਾ ਹੁਣ ਆਜੂਗਾ, ਹੁਣ ਡੋਲ ਜੂ ਦੁੱਧ। ਪਤਾ ਨਹੀਂ ਮੇਰੀ ਦਿਮਾਗ ਖਰਾਬ ਆ, ਪਤਾ ਨਹੀਂ ਤੁਹਾਡਾ ਦਿਮਾਗ ਖਰਾਬ ਹੋ ਰਿਹਾ। ਉਹਨੂੰ ਮੇਰੇ ਸਾਲੇ ਨੂੰ ਪਤਾ ਨਹੀਂ ਕਿਵੇਂ ਪਤਾ ਲੱਗ ਜਾਂਦਾ ਵੀ ਮੈਂ ਧਾਰ ਕੱਢ ਲਈ, ਹੁਣ ਆਜੂਗਾ। ਲੈ ਜੱਟ ਤਾਂ ਮੈਨੂੰ ਬਾਹਲੀ ਔਖਾ ਲੱਗਦਾ, ਐਂ ਲੱਗਦਾ ਭੋਲਾ ਰਾਮ ਤੈਨੂੰ ਛੋਲੇ ਪਾਉਣ ਲੱਗ ਰਿਹਾ, ਕਹਿੰਦਾ ਹੁਣ ਆਜੂਗਾ। ਚੱਲ ਜੱਟਾਂ ਦੀਆਂ ਗੱਲਾਂ ਦਾ ਨਹੀਂ ਗੁੱਸਾ ਕਰਿਆ ਕਰਦੇ, ਇਹਨਾਂ ਦਾ ਕਹਾੜੇ ਪਾਟਿਆ ਮੂੰਹ ਹੁੰਦਾ, ਇਹ ਤਾਂ ਟੀਪੀ ਪਿੰਦੀ ਗਾਲ ਨੂੰ ਹੀ ਵਰਤਦੇ ਨੇ। ਪੰਮੀ ਭਾਈ ਪੰਮੀ, ਲੈ ਭਾਈ ਪੰਮੀ। ਓਏ ਆ ਜਾਓ ਲਾਲਾ ਜੀ, ਨੰਗੇ ਉਹ ਤੇਰਾ ਆਪਦੀ ਘਰ ਹੈ, ਛੇਤੀ ਛੇਤੀ ਪਾ ਦੇ ਦੁੱਧ, ਅੱਜ ਮੈਨੂੰ ਥੋੜ੍ਹੀ ਜਿਹੀ ਕਾਹਲੀ ਹੈ। ਉਹ ਕੀ ਗੱਲ ਹੋ ਗਈ ਲਾਲਾ, ਬਹਿਣਿਆ ਚਾਹ ਪਾਣੀ ਪੀਂਦੇ ਹਾਂ, ਆਉਣਾ ਮਗਰੋਂ ਪਹਿਲਾਂ ਭੱਜਣ ਨੂੰ ਤਿਆਰ ਹੋਣਾ, ਆ ਜਾ ਬਹਿ ਜਾ। ਉਹ ਤਾਂ ਗੱਲ ਤੇਰੀ ਠੀਕ ਹੈ ਭਾਈ ਪੰਮੀ, ਪਤਾ ਕੀ ਹੈ ਨਾ ਪੁਸ਼ਪਾ ਦੇ ਮੀਨਾ ਮੀਨਾ ਜਾਂ ਦਰਦ ਹੁੰਦਾ ਨਾ, ਉਹਦੇ ਵਾਸਤੇ ਚੂਰਨੇ ਲੈ ਕੇ ਜਾਂਦਾ ਮੈਂ ਛੇਤੀ। ਅੱਛਾ ਕਾਲੀ ਹੈ, ਦਰਦ ਹੋ ਰਿਹਾ ਜਾਂਦੀ, ਕਾਲੀ ਜਾਂ ਅੱਜ ਥੋੜਾ ਜਿਹਾ ਕਾਲੀ। ਠੀਕ ਹੈ ਲਿਆਣਾ ਦੁੱਧ ਮੈਂ। ਮੇਰਾ ਕਿਹੜਾ ਬੈਠਣ ਨੂੰ ਜੀ ਨਹੀਂ ਕਰਦਾ ਪੰਮੀ, ਤੇਰੇ ਘਰ ਵਾਲੀ ਚੰਦਰੇ ਸੁਭਾਅ ਦੀ ਹੁਣ ਕਰੀਏ ਕੀ, ਡਲ ਜਾ ਲੱਗਦਾ ਮੈਨੂੰ। ਉਹ ਕੀ ਗੱਲ ਹੋ ਗਈ ਲਾਲਾ, ਕੀ ਬੁੜਬੁੜ ਜੀ ਕਰੀ ਜਾਂਦਾ। ਨਾ ਨਾ ਬੁਲਬੁਲ ਕੀ ਕਰਨੀ ਹੈ ਭਾਈ, ਉਹ ਬਹਿ ਜਾ ਜਾ ਚਾਹ ਪਾਣੀ ਪੀ ਕੇ ਬਾਈ। ਕੋਈ ਨਾ ਕੋਈ ਨਾ, ਆਪਣਾ ਸਾਰਾ ਕੁਝ ਇੱਥੇ ਹੈ। ਚਲੋ ਠੀਕ ਹੈ ਠੀਕ ਹੈ ਠੀਕ ਹੈ। ਆ ਇੱਕ ਪਤੰਦਰ ਬਾਣੀਆਂ ਲਾ ਰੱਖਿਆ, ਜਦੋਂ ਬਾਲਟੀ ਧਰਾਂਗੇ ਉਹਨੇ ਪੈਰੀ ਆ ਜਾਊਗਾ, ਦੁੱਧ ਲੈ ਕੇ ਜਾਊਗਾ 35 ਰੁਪਏ ਦੇ ਹਿਸਾਬ ਨਾਲ। ਹੈ 35 ਰੁਪਏ ਦਾ ਕੋਈ ਰੇਟ ਆ? ਕੈਲੇ ਦੀ ਬਹੂ ਕਹਿੰਦੀ ਸੀ ਮੈਨੂੰ ਵੀ ਅਸੀਂ ਤਾਂ 50 ਰੁਪਏ ਕਿਲੋ ਪਾਉਣੇ ਆ। ਨਹੀਂ ਆਪਣੀ ਪਹਿਲੇ ਦਿਨ ਤੋਂ ਹੀ ਸ਼ਾਹੂਕਾਰ ਨਾਲ ਲਿਹਾਜ਼ ਹੈ, ਪਹਿਲਾਂ ਮੇਰੇ ਦਾਦੇ ਦੀ ਲਿਹਾਜ਼ ਤੀ, ਫਿਰ ਮੇਰੇ ਬਾਪੂ ਦੀ ਲਿਹਾਜ਼ ਤੀ, ਹੁਣ ਮੇਰੀ ਲਿਹਾਜ਼ ਹੈ। ਉਹ ਇਹਦੇ ਨਾਲ ਖਰੇ ਕਿਵੇਂ ਉਤਰ ਜਾਈਏ, ਤੈਨੂੰ ਕੀ ਪਤਾ ਪਾਗਲੇ, ਤਾਂ ਹੀ 35 ਰੁਪਏ ਸਾਹਿਬ ਨਾਲ ਦੁੱਧ ਦਿੰਦਾ, ਉਈ ਬੌਲ ਨਾ ਮਾਰਿਆ ਕਰ। ਵੇ ਤਾਂ ਪੜ੍ਹਿਆ ਲਿਖਿਆ ਇਹਨੂੰ ਵੀ ਪਤਾ ਵੀ ਖਲਦੀ ਬੋਰੀ ਦਾ ਕੀ ਰੇਟ ਆ, ਇਹ ਦੁੱਧ ਲੈ ਕੇ ਜਾਊਗਾ 35 ਰੁਪਏ, 35 ਰੁਪਏ ਵੀ ਕੋਈ ਰੇਟ ਆ? ਇਹ ਤੈਨੂੰ ਤਾਂ ਲੜਾਈ ਤੱਕ ਮਤਲਬ ਹੈ, ਤੈਨੂੰ ਕੀ ਪਤਾ ਕਬੀਲਦਾਰੀ ਕਿਵੇਂ ਚੱਲਦੀ ਹੈ, ਕਬੀਲਦਾਰੀ ਇੱਕ ਨਰਕ ਦਾ ਕੁੰਡ ਹੈ, ਕਬੀਲਦਾਰੀ ਮੈਂ ਚਲਾਉਣੀ ਹੈ, ਨਾਲੇ ਕੀ ਪਤਾ ਕਦੋਂ ਪੈਸਿਆਂ ਦੀ ਲੋੜ ਪੈ ਜੇ, ਸ਼ਾਹੂਕਾਰ ਬੰਦਾ ਹੈਗਾ।
ना जान दिया मैं पैसे आले नू दो दो महीने बाद तो हिसाब कर दागा माड़ी नीत आला। क्यों छित्र खाएगी मेथों क्यों कुटेंगी रोटी बना ला रोटी का टाइम हो रहा है भुख लग रही है फिर कहेंगी बलम तो तेल आ गया मैं रोटी नहीं बनाना दादा उपर डिगदा गा बग जा चंगा चंगा पकाउनी तेन तो स्नेही भुख लग जाती है। ਪੰਮੀ ਆਓ ਲਾਲਾ ਜੀ ਆਏ ਜੀ ਆ ਦੁੱਧ ਪਾਈ ਲਾਲਾ ਬੈਠ ਮੈਂ ਤੇ ਧੋਇਆ ਮੋੜਾ ਜਾ ਠੀਕ ਹੈ ਭਾਈ ਓਹੋ ਲੈ ਭਾਈ ਪੰਮੀ ਐ ਕਰੀ ਸੱਜਰ ਸੂਈ ਦਾ ਨਾ ਦੁੱਧ ਪਾਈ ਕੀ ਗੱਲ ਹੋ ਗਈ ਲਾਲਾ ਜੀ ਵਾਖੜ ਦਾ ਪਾ ਦੀ ਪਤਾ ਕੀ ਆ ਪੁਸ਼ਪਾ ਕਹਿੰਦੀ ਥੋੜੀ ਜਿਹੀ ਸ਼ਮੈਲ ਜੀ ਆਉਂਦੀ ਤੀ ਅੱਛਾ ਕੋਈ ਨਾ ਪਾ ਦਨੇ ਵਾਖੜ ਦਾ ਪਾ पा लिया के रामीर इंदा पोला राम पम्मी दा साब करे जा इदे घर दी कौला कौला झांक दी है ओ बद कट के दे सियाने बंदे दा मरन हो जांदा आ जा भाई पम्मी ओ आ गया लाला जी तू ता काली चक के रख दा अगे जाके दस की करेगा महा दुकान ते नहीं गया भाई कोई होर तक की चक्कर थी आ चको लाला जी ले भाई पम्मी साब ता मामे दीए देखा हाँ जी वो तो है तेरा दूध बन गया 2025 रुपया का अच्छा लाला जी ये ले 2000 रुपया ले ले तू ठीक है 25 रुपये आप अगली बार समझ लेंगे ओ कोई गल नहीं लाला जी अपनी पुरानी लिहाज है दादे परदादें दी लिहाज है 25 रुपये नू मार दू गोली हूँ टेंशन ना लै कर तू नाले चल ठीक है भाई तेरी मर्जी फिर चल ठीक ले 2 मिनट आराम कर लै पम्मी फिर देखते हैं कोई काम धंधा ओ तू क्यों हिलदी है लै दस कहना 25 नू छड मार गोली ताई तो जट कामयाब नहीं हुंदा भले मानसा रुपया रुपया जोड़ की लख बनदा चलो आपां नू भी अपने तो 25 बन गए पैसे दे गया तू हिसाब किताब करदा नहीं है चक पैसे फड़ा गया माड़ी नीत आला जदों पैसे दे के जाऊ दवाइयां ती पैसे लगदे मेरे तां तड़के दी बखी दुखी जांदी आ तू ही फड़ लो दे पैसे मैं नहीं रख दी आपदे हाथ थले ओ पर तेनू की पता कबीलदारी किवें चलदी है हर टाइम लड़ू होर कम है कोई नाले चाह बना लै आने वाला होना मिस्त्री बनाउनी है तेनू नेकड़ू ए केड़ा देउगी नेकड़ू आ गल सुने जी माड़ा या ओ की हो गया हुण तेरे गल ता सुन लो इत्थी बुड़बुड़ लग रहा करन हाँ की हो गया मज ता जफेर टप गई है नहीं दुध दिंदी ए तेनू अजे कह दी फुटकर मीनू भी धार कढ लै अजे टपाती मैं इस तै नाले मेरी गल सुन ला दुध ता जी अपने जोगर ही आ ओनू बाणिया नू जवाब दे दियो ए अपनी लिहाज पुरानी है ओनू बेचारे नू पा दांगे बेचारा किथे जाऊगा दुध लैणा आपा 11 बजे चोलांगे इनू 11 बजे मिल पूगी सारा दुध ओसे नू पा दी आहो सारा घर भी ओसे नू लटा दे ना रोज ही कह देना मिस्त्री आंदा हले तक मिस्त्री नहीं आया रोज ही चाह तरा के बैजूगा तो कोई ना अज्ज आजूगा आने वाली होना बना ला चाह थोड़ी जी चाह की तेरे कालजे दी बनावा सारा दूध ता बाणिए नु पाता ओ मेथो खोसड़े ना खाली तू बग जा रे बोली जाऊगा आजूगा कोई ना करा दूं ठीक टूटी 11 बजे मिल पूगी उदो बना ली चाह ओ करियां भाई पम्मी
ਓਏ ਆ ਜਾ ਭਾਈ ਆ ਜਾ ਅੰਦਰ ਹੀ ਆ ਨੰਗਿਆ ਓਏ ਆ ਜਾ ਭਾਈ ਆ ਜਾ ਕੀ ਗੱਲ ਹੋ ਗਈ ਦੋ ਦਿਨ ਹੋ ਗਏ ਆਈ ਨਹੀਂ ਹੈਗਾ ਉਹ ਯਾਰ ਮੈਡਮ ਢਿੱਲੀ ਹੋ ਰਹੀ ਸੀ ਟਾਈਫਾਈਡ ਹੋ ਰਿਹਾ ਸੀ ਉਹਨੂੰ ਗਿੱਲਾਂ ਤੋਂ ਪਹਿਲਾਂ ਥੌਲਾ ਕਰਾ ਕੇ ਲਿਆ ਉਹ ਪਤੰਦਰ ਦੇ ਗਿੱਲਾਂ ਦੇ ਕੀ ਕਰਨਾ ਪਾ ਗਿਆ ਥੌਲਾ ਕਰਾਉਣਾ ਤੂੰ ਗੇਲੇ ਤੋਂ ਕਰਾਉਂਦਾ ਥੌਲਾ ਇੰਨਾ ਵਜੇ ਥੌਲਾ ਪਾਉਂਦਾ ਉਹਦਾ ਕਰਨ ਨੂੰ ਹਟ ਗਿਆ ਹੁਣ ਥੌਲਾ ਅੱਛਾ ਚੱਲ ਕਰਦੇ ਡਿਊਟੀ ਠੀਕ ਕਰਕੇ ਚਾਹ ਬਣਾਈਏ ਹੁਣ ਚਾਹ ਪੀਵਾਂ ਪਹਿਲਾਂ ਉਹ ਪਤੰਦਰ ਦੇ ਮੈਂ ਐਸ ਨਹੀਂ ਮਿਲੀ ਹੈਗੀ ਰੋਜ਼ ਬਣਾਉਣ ਲੱਗੇ ਚਾਹ ਉਹ ਵੀ ਗਾਲਾਂ ਕੱਢ ਕੱਢ ਅੱਕ ਗਈ ਮੈਨੂੰ ਚੱਲ ਫਿਰ ਡਿਊਟੀ ਦੇਖ ਲੈਂਦੇ ਪਹਿਲਾਂ ਚੱਲ ਉਹ ਕੀ ਹੋ ਗਿਆ ਮਿਸਤਰੀ ਬਾਈ ਨੂੰ ਉਹ ਇਹਦਾ ਖਰਾਬ ਹੋ ਰਹੀ ਹੈ ਇਹਦੀਆਂ ਚੂੜੀਆਂ ਲੂਜ ਨੇ ਪੰਮੀ ਇਹਦਾ ਬਦਲ ਨਹੀਂ ਪਊਗੀ ਬਾਈ ਟੂਟੀ ਅੱਛਾ ਇਹਦੇ ਨਾਲ ਦੀ ਲਿਆਵਾਂ ਇਹਦੇ ਨਾਲ ਦੀ ਲੈ ਟੂਟੀ ਐਂ ਕਰੀ ਮੈਨੂੰ ਫੋਨ ਕਰ ਦੀ ਜਦੋਂ ਤੂੰ ਆ ਗਿਆ ਟੂਟੀ ਲੈ ਕੇ ਬਾਈ ਬਣ ਕੇ ਦੋ ਮਿੰਟ ਬਹਿ ਜਾ ਮੈਂ ਹੁਣ ਫੜ ਲੈਣਾ ਜਾਂ ਫੜ ਲਿਆ ਫਿਰ ਮੈਂ ਬੈਠਿਆ ਤੇ ਹਾਂ ਬੈਠ ਤੂੰ ਮੈਂ ਆ ਗਿਆ ਫੜ ਲੈ ਫਿਰ ਰਾਮ ਰਾਮ ਲਾਲਾ ਜੀ ਰਾਮ ਰਾਮ ਭਾਈ ਕਿਵੇਂ ਆਉਣੇ ਹੋਏ ਪੰਮੀ ਆਉਣੇ ਤਾਂ ਕਿਵੇਂ ਹੋਏ ਲਾਲਾ ਜੀ ਇਹਦੇ ਨਾਲ ਦੀ ਟੂਟੀ ਮਿਲ ਜੂਗੀ ਇਹ ਟੂਟੀ ਖਰਾਬ ਹੋ ਗਈ ਮਿਲ ਜੂਗੀ ਭਾਈ ਟੂਟੀਆਂ ਵੇਚਣ ਵਾਸਤੇ ਬੈਠੇ ਪੰਮੀ ਸਿਆ ਇਹਦੇ ਨਾਲ ਦੀ ਚਾਹੀਦੀ ਹੈ ਹਾਂ ਜੀ ਲਾਲਾ ਜੀ ਦੇਖ ਲੈ ਲੈ ਭਾਈ ਕੱਲੇ ਆਇਆ ਮਾਲ ਹਲੇ ਜਮਾਂ ਫਰੈਸ਼ ਪੀਸ ਹੈ ਟੂਟੀ ਤਾਂ ਠੀਕ ਲੱਗਦੀ ਹੈ ਲਾਲਾ ਜੀ ਕਿੰਨੇ ਦੀ ਹੈ ਬਸ ਕੁਛ ਨਹੀਂ ਇਹ ਤਾਂ ਸਿਰਫ 180 ਰੁਪਏ ਦੀ ਟੂਟੀ ਹੈ ਅੱਛਾ ਜੀ ਵਧੀਆ ਕੰਪਨੀ ਦੀ ਹੋਣੀ ਐਨ ਵਧੀਆ ਕੰਪਨੀ ਦੀ ਹੈ ਐਨ ਵਧੀਆ ਜਾਇਜ਼ ਰੇਟ 'ਚ ਹੈ ਚਲੋ ਐਂ ਕਰੋ ਲਾਲਾ ਜੀ ਫਿਰ ਖਾਤੇ 'ਚ ਲਿਖ ਲਿਓ ਕੋਈ ਨਾ ਕਰ ਲਾਂਗੇ ਨੋਟ ਆ ਨਾਲੇ ਪੁਰਾਣੀ ਟੂਟੀ ਵੀ ਫੜਾ ਦਿਓ ਮੈਨੂੰ ਲੈ ਭਾਈ ਚੱਲ ਠੀਕ ਹੈ ਲਾਲਾ ਜੀ ਰਾਮ ਰਾਮ ਚਲੋ ਠੀਕ ਹੈ ਜੀ ਓਏ ਆ ਜਾ ਪੰਮੀ ਬਾਈ ਯਾਰ ਬਹੁਤ ਟਾਈਮ ਲੱਗਦਾ ਮੈਂ ਤਾਂ ਠੇਕਾ ਲੈ ਰੱਖਿਆ ਕੋਠੀ ਦਾ ਵੀ ਚਲੋ ਕੰਮ ਛੱਡ ਕੇ ਆਇਆ ਯਾਰ ਓਏ ਆ ਗਿਆ ਬਾਈ ਆ ਗਿਆ ਲੈ ਦੇਖ ਬਾਈ ਟੂਟੀ ਵਧੀਆ ਟੂਟੀ ਤਾਂ ਵਧੀਆ ਕਿੰਨੀ ਦੀ ਲਾਈ ਹੈ ਇਹ ਬਾਈ 180 ਦੀ ਇਹ ਤਾਂ ਬਹੁਤ ਮਹਿੰਗੀ ਲਾਤੀ ਪਤੰਦਰਾ ਹੋਰ ਬਾਈ ਕਿੰਨੀ ਦੀ ਹੈ ਇਹ 60 ਰੁਪਏ ਦੀ ਟੂਟੀ ਹੈ ਸਾਰੀ ਉਹ ਬਾਈ ਯਾਰ ਤੂੰ ਤਾਂ ਉਹੀ ਮਰੀ ਜਾਂਦਾ ਸਾਡੇ ਘਰ ਵਰਗਾ ਕੰਮ ਹੈ ਬਾਣੀਆਂ ਨਾਲ ਪਿੰਡ 'ਚ ਵੀ 60 ਦੀ ਹੈ ਇਹ ਮੂਣ ਕਦਾ 40 ਦੀ ਹੈ ਉਹ ਸਾਡੀ ਦਾਦੇ ਪੜਦਾਦਿਆਂ ਦੀ ਲਿਹਾਜ਼ ਹੈ ਉਈ ਨਹੀਂ ਕਰਦੇ ਹੁੰਦੇ ਤੂੰ ਟੂਟੀ ਕਰਦੇ ਜਾ ਕੇ ਬਾਣੀਆਂ ਹੀ ਮਾਜਦੇ ਹੁੰਦੇ ਨੇ ਲਿਹਾਜ਼ 'ਚ ਪੈਰ ਪਾ ਕੇ ਉਹ ਤੂੰ ਕਹੀਂ ਕੋਈ ਨਾ ਟੂਟੀ ਕਰਦੇ ਜਾ ਕੇ ਜਾ ਚੱਲ ਮੈਂ ਤਾਂ ਕਸ ਦਿਨਾ ਮੈਨੂੰ ਕੀ ਲੈਣਾ ਸਮਾਰ ਕੇ ਕਸ ਦੀ ਨਾਲੇ ਕਿਤੇ ਹੁਣ ਨਾ ਚੂਣ ਲੱਗ ਜੇ ਕੋਈ ਨਾ ਪਹਿਲਾਂ ਮੈਨੂੰ ਐਂ ਦੱਸੋ ਇੰਨੇ ਕਿੰਨੇ ਕੁ ਪੈਸੇ ਉਈ ਲਟਾਈ ਜਾਂਦੇ ਆ ਤੁਸੀਂ ਕੀ ਹੋ ਗਿਆ ਹੁਣ ਤੇਰੇ ਪਹਿਲਾਂ ਤਾਂ ਬਾਣੀਆਂ ਦੁੱਧ ਘੱਟ ਰੇਟ 'ਚ ਲੈ ਕੇ ਜਾਂਦਾ ਹੈ ਅੱਜ ਟੂਟੀ ਜ਼ਿਆਦਾ ਮਹਿੰਗੀ ਲਾ ਗਿਆ ਤੈਨੂੰ ਮਿਸਤਰੀ ਦੀ ਗੱਲ ਸਾਰੀ ਸੁਣ ਲਈ ਮੈਂ ਉਹ ਕਹਿੰਦਾ 60 ਰੁਪਏ ਟੂਟੀ ਹੈ ਤੂੰ 120 ਰੁਪਏ ਉਈ ਲਟਾਇਆ ਆ ਉਹਨੂੰ ਉਈ ਨਾ ਮਾਰਾ ਕਰ ਇਹਨੂੰ ਕੀ ਪਤਾ ਹੈਗਾ ਮਿਸਤਰੀ ਨੂੰ ਨਾਲੇ ਇਹਨੂੰ ਪਤਾ ਕਾਸੇ ਦਾ ਵਧੀਆ ਕੰਪਨੀ ਦੀ ਟੂਟੀ ਆ ਉਹ ਵਧੀਆ ਮਾਲ ਰੱਖਦਾ ਨਾਲੇ ਆਹੋ ਪਤੀ ਆ ਤੈਨੂੰ ਜ਼ਿਆਦਾ ਕੰਪਨੀਆਂ ਦਾ ਪਤਾ ਉਹ ਰੋਜ਼ ਟੂਟੀਆਂ ਲਾਉਣ ਵਾਲਾ ਉਹਨੂੰ ਪਤਾ ਹੀ ਨਹੀਂ ਹੈਗਾਗਾ ਉਹ ਮਿਸਤਰੀ ਨੂੰ ਤਾਂ ਆਈਂ ਦੀ ਵੀ ਮੇਥੋਂ ਮੰਗਾ ਲੂਗਾ ਮੈਂ ਖਾ ਲੂੰ ਵਿੱਚੋਂ ਉਹੀ ਮਰ ਜਾਂਦਾ ਉਹ ਤਾਂ ਕੱਲੀ ਟੂਟੀ ਦਾ ਕੀ ਕਹਿੰਦੇ ਤੈਨੂੰ ਤੂੰ ਵੀ ਲੱਖਣ ਹੈ ਨਹੀਂ ਜੇ ਕੋਈ ਹੋਰ ਚੀਜ਼ ਲੈਣ ਭੇਜੇ ਤੂੰ ਤਾਂ ਉਹ ਵੀ ਮਹਿੰਗੀ ਲੈ ਕੇ ਆਉਣਾ ਇਹ ਤੂੰ ਮੇਥੋਂ ਜੁੱਤੀ ਨਾ ਖਾ ਲਈ ਤਨ ਫੇਰ ਦੂ ਤੇਰੇ ਵਗ ਜਾ ਮਿਸਤਰੀ ਕੀ ਸੋਚੂਗਾ ਵੀ ਜਨਾਨੀ ਮੂਹਰੇ ਬੋਲ ਰਹੀ ਹੈ ਬੰਦੇ ਦੇ ਵਗ ਜਾ ਕਿਤੇ ਮੇਥੋਂ ਖਾ ਲੈ ਚੱਲ ਤੇਰੇ ਨਾਲ ਕਿਹੜਾ ਮੱਥਾ ਮਾਰੇ ਉਹ ਕਸਤੀ ਕਹਿੰਦਾ ਬਾਈ ਟੂਟੀ ਦਾ ਕਸਤੀ ਬਾਈ ਪੰਮੀ ਤੁਸੀਂ ਕਦੋਂ ਲੜੀ ਜਾਂਦੇ ਹੋ ਭਾਈ ਆ ਜਾ ਬਾਈ ਜੇ ਟੂਟੀ ਕਸਤੀ ਆਇਆ ਚਾਹ ਪਾਣੀ ਪੀ ਕੇ ਜਾਈ ਬਹਿ ਜਾ ਬਸ ਪੰਮੀ ਚਾਹ ਪਾਣੀ ਤਾਂ ਰਹਿਣ ਦੇ ਪਹਿਲਾਂ ਤੇਰੇ ਘਰ ਵਾਲੀ ਪਹਿਲਾਂ ਹੀ ਅੰਦਰੋਂ ਬਾਹਰ ਨਿਕਲੇ ਤੇ ਤੱਤਾ ਪਾਣੀ ਪੀਤਾ ਟੂਟੀ ਤੇ ਮੈਂ ਤਾਂ ਜਾਣਾ ਯਾਰ ਚੱਲ ਠੀਕ ਹੈ ਬਾਈ ਪੈਸੇ ਦੱਸ ਦੇ ਕਿੰਨੇ ਹੋ ਗਏ ਫੇਰ ਕਰਾਂਗੇ ਮੈਂ ਭੱਠੂ ਹੀ ਕੰਮ ਛੇੜ ਗਏ ਵਿਚਾਲੋਂ ਆਏ ਦੀ ਮੈਂ ਤਾਂ ਯਾਰ ਚੱਲ ਠੀਕ ਹੈ ਚਾਹ ਤਾਂ ਪੀ ਜਾਂਦਾ ਪਤੰਦਰਾ ਅੱਜ ਦਾ ਕੋਈ ਮੁਰਗੇ ਨਹੀਂ ਫਸਿਆ 2-2.5 ਘੰਟੇ ਹੋ ਗਏ ਮੈਨੂੰ ਉਰੇ ਬੈਠੇ ਨੂੰ ਕੋਈ ਚਿੜੀ ਵੀ ਪਰ ਨਹੀਂ ਮਾਰਦੀ ਉਰੇ ਉਹ ਆ ਗਿਆ ਮੈਨੂੰ ਲੱਗਦਾ ਇੱਕ ਬੰਦਾ ਐਂ ਕਰ ਲੂ ਕੁਝ ਕਿਹਦਾ ਗਿਆ ਮਹਾ ਫੋਨ ਹਾਂ ਪੁਸ਼ਪਾ ਮੈਂ ਵਾਰੀ ਵਾਰੀ ਨਹੀਂ ਫੋਨ ਕਰਿਆ ਕਰਦੇ ਲੈ ਐਡੀ ਛੇਤੀ ਪਹੁੰਚ ਗਿਆ ਬਾਜ਼ਾਰ ਪਤਾ ਮੈਨੂੰ ਤਰਬੂਜ ਲਿਆਉਣਾ ਪਤਾ ਮੈਨੂੰ ਧਿਆਨ 'ਚ ਹੈ ਮੇਰੇ ਹਾਂ ਪਾਰਲੇ ਦੇ ਬਿਸਕੁਟ ਵੀ ਠੀਕ ਹੈ
मैं जट्टा जीरी भी सोनी खड़ी है ना कोई तेला चोर चोर कोई फड़ो महाजोर नू 70,000 दी फड़ो 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 कोई चोर हलो कोई चोर नू हलो हलो कोई है क्या हलो 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 किधर पास दे फोन फला दे छोड़ दे भाई छोड़ दे चोरी कर दे ना ना हुन भाई छोड़ दे भाई हलो मजा दे छोड़ दे हलो70,000 बाणी सची होना टूटी महंगी ला गया हो मिस्त्री कड़ा झूठ बोलदा ओदा तो रोज का काम आ मेथों 76 ना खा ली अपनी पता किन्नी लिहाज पुरानी है दादे परदादे दी लिहाज है कते 76 खा ली मेथों आ लिहाज करके ठगी जांदा सोनू तुसी ओहो जी टूटी किसे होर तो जाके पुछो की पता अपन नु महंगी लाती होवे ए तू भाग जा कर लंदे मेनू कम नमारण दे मज्जा बे मेरी भी सुन ला कदे एक बार जाके ता देख ला ए कोई ना जाया हुआ तू भाग जा कम कर ले पम्मी गल ता इदी भी ठीक है एक बार पता ता करके आ तू किते अपन नु ठगी जावे नाले दुध भी आपां तो सस्ता लै जांदा ले चल सत श्री अकाल सरदार जी सत श्री अकाल जी आड़ी मोबाइल च फोटो नहीं टूटी दी इसे नाल दी दे दो जी यही कंपनी अच्छा ये टूटी हाँ जी देख लैने आ भाई जे हुई ना जी दे टूटी जरूरी है जी ना देख लैने हैगियां तां हैगियां ने ਹੋਰ ਕੰਪਨੀ ਦੀ ਨਹੀਂ ਚੱਲਦੀ ਕੋਈ ਨਾ ਬਾਈ ਇਸੇ ਇਹੀ ਕੰਪਨੀ ਦੇ ਦੇ ਮਾੜਾ ਮੋਟਾ ਫਰਕ ਆ ਨਾ ਉਸੇ ਕੰਪਨੀ ਦੇ ਦੋ ਮੈਨੂੰ ਚੱਲ ਦੇਖ ਲੈਂਦੇ ਆ ਬਾਈ ਪਈ ਹੈ ਇੱਕ ਤੇਰੇ ਕਰਮਾਂ ਦੀ ਦੇਖ ਲੈ ਜੇ ਖੱਟ ਲੱਗੇ ਉਹੀ ਕੰਪਨੀ ਹੈ ਜੀ ਇਹ ਹਾਂ ਸੇਮ ਹੈ ਜਮਾ ਕਿੰਨੇ ਦੀ ਜੀ ਇਹ 60 ਰੁਪਈਆਂ ਦੀ 60 ਰੁਪਈਆਂ ਦੀ ਜੀ ਹਾਂ ਜੀ हेलो वीर जी ठीक है जी हाँ चंगा जी ठीक है राम राम लाला जी राम राम भाई होर किवें पम्मी ठीक ठाक जी तुसी दसो ठीक है वधिया हो चाह लोगे थोड़ी थोड़ी चाह नूं तां रहण दो जी मैनू टूटी दे दो जी उस नाल दी जिहड़ी उधे लै गया दी मैं ਬਹੁਤ ਵਧੀਆ ਚੱਲਦੀ ਆ ਉਹ ਵਧੀਆ ਚੱਲਦੀ ਆ ਜੀ ਹਾਂ ਹਾਂ ਨਾ ਆਪਾਂ ਇੱਕ ਨੰਬਰ ਦਾ ਮਾਰ ਰੱਖਦੇ ਇਹੋ ਜੀ ਗੱਲ ਨਹੀਂ ਉਹੀ ਕੰਪਨੀ ਦੇ ਦਿਓ ਜੀ ਠੀਕ ਹੈ ਭਾਵੇਂ ਦੱਸ ਲੈ ਜੋ ਤੁਹਾਡੀ ਦੁਕਾਨ ਹੈ ਉਹ ਤਾਂ ਆਪਣੀ ਦੁਕਾਨ ਹੈ ਇੱਕ ਦਿਓ ਜੀ ਟੂਟੀ ਨਾਲੇ ਠੀਕ ਹੈ ਜੀ ਲਓ ਜੀ ਉਹੀ ਕੰਪਨੀ ਜੀ ਹਾਂਜੀ ਹਾਂ ਸੇਮ ਕਿੰਨੇ ਦੀ ਜੀ ਇਹ ਤਾਂ ਬਸ ਉਹੀ 180 ਰੁਪਈਆਂ ਦੀ ਹੈ ਮਤਲਬ ਇੱਕੇ ਰੇਟ ਹੈ 180 ਦੀ ਹੈ ਜੀ ਹਾਂਜੀ ਹਾਂ ਲੈ ਸੋਨੂੰ ਤਾਂ ਬੈਸ ਕਰਨ ਦੀ ਲੋੜ ਨਹੀਂ ਆਪਣਾ ਤਾਂ ਘਰ ਦਾ ਕੰਮ ਹੈ ਹਾਂਜੀ ਉਹ ਤਾਂ ਹੈ ਇਹਦੇ ਚ ਕੀ ਫਰਕ ਹੈ ਜੀ ਸੇਮ ਹੈ ਇੱਕ ਨਾਲ ਦੀਆਂ ਨੇ ਦੋਏ ਨਾ ਦੇਖ ਲਓ ਜੀ ਫਰਕ ਤਾਂ ਹੈਗਾ ਨਾ ਨਾ ਤੈਨੂੰ ਭੁਲੇਖਾ ਪੰਮੀ ਲਾਲਾ ਜੀ ਧਿਆਨ ਨਾਲ ਦੇਖੋ ਥੋੜਾ ਜਿਹਾ ਫਰਕ ਹੈਗਾ ਨਾ ਕੋਈ ਫਰਕ ਨਹੀਂ ਆ ਦੇਖੋ ਲਾਲਾ ਜੀ ਤੁਸੀਂ ਦੇ ਰਹੇ ਹੋ 180 ਦੀ ਮੈਂ ਪਿੱਛੋਂ ਪੂਰੇ 60 ਰੁਪਏ ਦੀ ਲੈ ਰਿਹਾ 60 ਰੁਪਏ ਦੀ ਤੁਸੀਂ ਮੇਰੇ ਨਾਲ 120 ਰੁਪਏ ਦਾ ਧੱਕਾ ਕਰਨ ਲੱਗ ਰਹੇ ਹੋ ਮੇਰੀ ਸੁਣ ਪੰਮੀ ਤੁਸੀਂ ਮੇਰੀ ਗੱਲ ਸੁਣੋ ਜੀ ਤੁਹਾਡਾ ਪੂਰੇ 70,000 ਦਾ ਫੋਨ ਚੋਰੀ ਕਰਕੇ ਲੈ ਕੇ ਜਾ ਰਿਹਾ ਦੀ ਚੋਰ ਤੁਹਾਨੂੰ ਕਿੰਨਾ ਦੁੱਖ ਲੱਗਿਆ ਦੀ ਆ ਚੋਰ ਉਹ ਵੀ ਹੈ ਚੋਰ ਤੁਸੀਂ ਹੋ ਪਰ ਤੁਹਾਡਾ ਚੋਰੀ ਕਰਨ ਦਾ ਤਰੀਕਾ ਅਲੱਗ ਹੈ ਗਰੀਬ ਚੋਰ ਤੇ ਵਿਚਾਰੇ ਤੇ ਪਰਚਾ ਹੋ ਜਾਂਦਾ ਹੈ ਤੁਹਾਡੇ ਤੇ ਕੋਈ ਕਾਰਵਾਈ ਹੁੰਦੀ ਨਹੀਂ ਫਿਰ ਵੀ ਦੇਖ ਲਓ ਤੁਸੀਂ ਮੇਰੇ ਨਾਲ ਕਿੰਨਾ ਧੱਕਾ ਕਰ ਰਹੇ ਹੋ ਮੈਂ ਤੁਹਾਨੂੰ 50 ਰੁਪਏ ਕਿਲੋ ਵਾਲਾ ਦੁੱਧ ਆ ਤੁਹਾਨੂੰ 35 ਰੁਪਏ 'ਚ ਦੇ ਰਿਹਾ ਫਿਰ ਵੀ ਤੁਸੀਂ ਮੇਰੇ ਨਾਲ ਇੰਨਾ ਧੱਕਾ ਕਰ ਰਹੇ ਹੋ ਨਾਲੇ ਆਪਣੀ ਲਿਹਾਜ਼ ਕਿੱਧਰ ਗਈ ਪਤਾ ਕੀ ਹੈ ਨਾ ਪੰਮੀ ਉਰੇ ਹਜ਼ਾਰਾਂ ਦੀ ਗਿਣਤੀ 'ਚ ਗਾਹਕ ਆਉਂਦੇ ਨੇ ਕਈ ਵਾਰ ਧੋਖਾ ਵੀ ਹੋ ਜਾਂਦਾ ਚਲ ਮੈਂ ਤੈਨੂੰ ਗਾਹਾਂ ਬਾਰੇ ਵਿਸ਼ਵਾਸ ਦਿਵਾਣਾ ਵੀ ਗਾਹਾਂ ਵਾਸਤੇ ਤੈਨੂੰ ਰੇਟ ਜਾਇਜ਼ ਲੱਗੂਗਾ ਦੇਖ ਫਿਰ ਲਾਲਾ ਜੀ ਮੇਰੇ ਨਾਲ ਧੋਖਾ ਨਾ ਕਰੋ ਆਪਣੀ ਕਿੰਨੀ ਲਿਹਾਜ਼ ਪੁਰਾਣੀ ਹੈ ਚਲ ਠੀਕ ਹੈ ਭਾਈ ਤੂੰ ਤਾਂ ਮਾੜਾ ਜਿਹਾ ਗੁੱਸਾ ਕਰ ਗਿਆ ਵੀਰੇ ਹੋ ਚਾਹ ਪੀਵੇਂਗਾ ਚਾਹ ਨਾ ਬਾਜ ਜੀ ਲਾਲਾ ਜੀ ਚਲ ਠੀਕ ਹੈ ਰਾਮ ਰਾਮ ਜੀ ਅੱਗੇ ਤੋਂ ਧਿਆਨ ਰੱਖਿਓ ਚਲੋ ਕੋਈ ਗੱਲ ਨਹੀਂ ਚਲ
ले पम्मी सियां केड़े केड़े रेट का तू पता करेगा किसी होर रेट चेप देंगे।